ਹਾਂਜੀ ਨੈਕਸਟ ਆਪਾਂ ਐਸਐਸ ਦੀ ਗੱਲ ਕਰ ਲੈਨੇ ਆ ਐਸਐਸਟੀ ਐਸਐਸਟੀ ਦੇ 204 ਟੋਟਲ ਪੋਸਟਸ ਸਿਗੀਆਂ ਤੇ ਜਿਹਦੇ ਵਿੱਚ ਆਪਾਂ ਇੱਥੇ ਅਗਰ ਈਐਸਐਮ ਦੀ ਗੱਲ ਕਰ ਲਈਏ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮਨਥਲੀ ਜਿਹੜੀ ਮੇਰੇ ਪਾਸ ਮੇ ਇਨਫੋਰਮੇਸ਼ਨ ਪਹੁੰਚੀ ਹੈ ਕਿ ਕੈਟਾਗਰੀ ਚੇਂਜ ਕਰਵਾਈ ਗਈ ਸੀ ਉਹ ਈਐਸਐਮ ਤੇ ਈਡਬਲਯੂਐਸ ਦੇ ਵਿੱਚ ਕਰਵਾਈ ਗਈ ਸੀ ਤੇ ਆਪਾਂ ਫਿਲਹਾਲ ਉਹਨਾਂ ਦੋਨਾਂ ਕੈਟਾਗਰੀਜ਼ ਦੀ ਗੱਲ ਕਰੀਏ ਐਸਸੀ ਈਐਸਐਮ ਦੀ ਤੁਸੀਂ ਦੇਖ ਸਕਦੇ ਹੋ ਇੱਥੇ ਐਮਐਨਬੀਨ ਆਰਐਨਓ ਤੇ ਜਿਹੜੇ ਪੋਸਟਾਂ ਸਿਗੀਆਂ ਜਿਵੇਂ MNB ਦੀ 8 ਪੋਸਟਾਂ ਸੀ 13 ਕੈਂਡੀਡੇਟਸ ਕੋਲ ਕਿਤੇ ਹੋਏ ਸੀ ਪੰਜ ਆਲਰੇਡੀ ਐਕਸਟਰਾ ਕੋਲ ਕੀਤੇ ਹੋਏ ਆ ਲੇਕਿਨ ਅਗਰ ਇਹਨਾਂ ਦੇ ਵਿੱਚ ਸਿਲੈਕਟ ਨਹੀਂ ਹੁੰਦਾ ਔਰ ਜਿਹੜੇ ਬੱਚੇ ਆ ਅਗਰ ESEM ਦੇ ਵਿੱਚ ਕਨਵਰਟ ਕੀਤਾ ਸੀ ਉਹ ਬਾਹਰ ਨਿਕਲਦੇ ਨੇ ਤੇ ਐਕਸਟਰਾ ਜਿਹੜੇ ਪੰਜ ਬੱਚੇ ਬੁਲਾਏ ਹੋਏ ਆ ਉਹਨਾਂ ਦੇ ਵਿੱਚੋਂ ਸਿਲੈਕਟ ਨਹੀਂ ਹੁੰਦੇ ਤਾਂ ਫਿਰ ਜਿਹੜੀ ਇੱਥੇ ਮੈਰਿਟ ਡਾਊਨ ਜਾਏਗੀ ਤੇ 113 ਨੰਬਰ ਜਿਹੜੇ ਆਲਰੇਡੀ ਕੋਲ ਕੀਤੇ ਹੋਏ ਆ ਤਾਂ ਫਿਰ ਆਪਾਂ ਇੱਥੇ ਦੇਖ ਸਕਦੇ ਆ ਵੀ ਮੈਰਿਟ ਜਿਹੜੀ ਇੱਥੇ ਡਾਊਨ ਜਾ ਸਕਦੀ ਆ ਇਸ ਤਰ੍ਹਾਂ SESEM RN2 ਦੇ ਵੀ ਤੁਸੀਂ ਦੇਖ ਸਕਦੇ ਹੋ ਉੱਥੇ 66 ਲਾਸਟ ਹੈਗੇ ਆ ਨੰਬਰ ਜਿਹੜ ਕੈਂਡੀਡੇਟ ਦੇ ਦੋ ਟੋਟਲ ਪੋਸਟਾਂ ਹੈਗੀਆਂ ਨੇ ਤੇ ਇਹਦੇ ਵਿੱਚ ਸੱਤ ਕੈਂਡੀਡੇਟਸ ਕੋਲ ਕਿਤੇ ਹੋਇਆ ਪੰਜ ਐਕਸਟਰਾ ਆਲਰੇਡੀ ਕਰ ਰੱਖਿਆ ਅਗਰ ਇੱਥੇ ਇਸਐਮ ਦੇ ਵਿੱਚ ਜਿਹੜੀ ਹੈਗੀਆਂ ਕੈਂਡੀਡੇਟਸ ਐਡ ਹੋਏ ਹੋਏ ਹੋਣਗੇ ਤੇ ਉਹ ਬਾਹਰ ਨਿਕਲਦੇ ਨੇ ਤੇ ਨੈਕਸਟ ਕੈਂਡੀਡੇਟਸ ਨੂੰ ਫਿਰ ਬੁਲਾਇਆ ਜਾਂਦਾ ਹੈ ਲਿਸਟ ਜਿਹੜੀ ਆ ਫਿਰ ਹੋਰ ਨਵੇਂ ਕੈਂਡੀਡੇਟਸ ਇਹਦੇ ਵਿੱਚ ਐਡ ਹੋਣਗੇ ਤਾਂ ਅਗਰ ਉਹ ਐਡ ਹੁੰਦੇ ਨੇ ਤਾਂ ਫਿਰ ਇੱਥੇ ਜਿਹੜੇ ਹੈਗੇ ਬਾਕੀਆਂ ਦੇ ਹੋਰਾਂ ਦੇ ਆਉਣ ਦੇ ਚਾਂਸ ਜਿਹੜੇ ਇੱਥੇ ਬੰਦੇ ਨੇ ਉਸ ਤੋਂ ਬਾਅਦ ਬੀਸੀ ਇਸਐਮ ਦੀ ਆਪਾਂ ਗੱਲ ਕਰ ਲੈਨੇ ਆ 6 ਟੋਟਲ ਪੋਸਟਾਂ ਹੈਗੀਆਂ ਨੇ 14 ਕੈਂਡੀਡੇਟਸ ਆਲਰੇਡੀ ਬੁਲਾਏ ਹੋਏ ਆ ਤੇ 8 ਜਿਹੜੀਆਂ ਐਕਸਟਰਾ ਬੁਲਾਏ ਸੀ ਕਿ ਇਸ ਵਾਰ ਇਹਨਾਂ ਨੇ ਅਗਰ ਇਹਦੇ ਵਿੱਚ ਕੈਂਡੀਡੇਟਸ ਬਾਹਰ ਜਾਂਦੇ ਆ ਅਗਰ ਐਸਐਮ ਦੇ ਵਿੱਚ ਕੋਈ 13 ਤੋਂ 17 ਦੇ ਵਿੱਚ ਡੇਟ ਦੇ ਵਿੱਚ ਕੈਟਾਗਰੀ ਚੇਂਜ ਕਰਕੇ ਐਡ ਹੋਇਆ ਹੋਏਗਾ ਤਾਂ ਉਹ ਕੈਂਡੀਡੇਟ ਅਗਰ ਇੱਥੋਂ ਬਾਹਰ ਨਿਕਲਦੇ ਤਾਂ ਫਿਰ ਨਵਿਆਂ ਦੇ ਚਾਂਸ ਜਿਹੜੇ ਆ ਇਸ ਕੈਟਾਗਰੀ ਦੇ ਵਿੱਚ ਆਉਣ ਦੇ ਬੰਦਦੇ ਆ ਤੁਸੀਂ ਦੇਖ ਸਕਦੇ ਹੋ 128 ਜਿਹੜੇ ਹੈਗੇ ਲਾਸਟ ਕੈਂਡੀਡੇਟ ਦੇ ਜਿਹੜੇ ਇੱਥੇ ਨੰਬਰ ਬੰਦਦੇ ਆ 128 ਤਾਂ ਇੱਥੇ ਵੀ ਫਿਰ ਜਿਹੜੇ ਆ ਨੈਕਸਟ ਕੈਂਡੀਡੇਟਸ ਨੂੰ ਬੁਲਾਉਣ ਦੇ ਜਿਹੜੇ ਚਾਂ ਬਹੁਤ ਥੋੜੀ ਜਾਏਗੀ ਡਾਊਨ ਇੱਕ ਦੋ ਕੈਂਡੀਡੇਟਸ ਜਿਹੜੇ ਆ ਉਹ ਕਿਉਂਕਿ ਪੋਸਟਾਂ ਤੁਸੀਂ ਦੇਖ ਸਕਦੇ ਹੋ ਕਾਫੀ ਘਟ ਨਗੀਆਂ ਤਾਂ ਪੋਸਟਾਂ ਨੈਕਸਟ ਜਿਹੜੇ ਹੈਗੇ ਆ ਨੈਕਸਟ ਕੈਂਡੀਡੇਟਸ ਜਿਹੜੇ ਆ ਹੱਦ 5 ਤੋਂ 6 ਤੁਸੀਂ ਲਗਾ ਸਕਦੇ ਹੋ ਜੇ ਆਪਾਂ 6 ਦੇ 6 ਵੀ ਉਰੇ ਮੰਨ ਲਈਏ ਕਿ ਇਸਐਸਐਮ ਦੇ 13 ਤੋਂ 17 ਵਾਲੇ ਸੀਗੇ ਉਹ ਸਾਰੇ ਬਾਹਰ ਨਿਕਲਦੇ ਆ ਤਾਂ ਨੈਕਸਟ 8 ਆਲਰੇਡੀ ਬੁਲਾਏ ਹੋਏ ਆ ਉਹਨਾਂ 8 ਦੇ ਵਿੱਚੋਂ ਸਿਲੈਕਟ ਹੋ ਜਾਣਗੇ ਜੇ ਉਹਨਾਂ 8 ਦੇ ਵਿੱਚੋਂ ਸਿਲੈਕਟ ਨਹੀਂ ਵੀ ਹੁੰਦੇ ਤਾਂ ਫਿਰ ਨੈਕਸਟ ਜਿਹੜੇ ਕੈਂਡੀਡੇਟਸ ਬੁਲਾਏ ਜਾਣਗੇ ਤਾਂ ਹੱਦ ਤੁਸੀਂ 5 6 ਤੱਕ ਜਿਹੜੀਆਂ ਉਮੀਦ ਲਗਾ ਕੇ ਚੱਲੋ ਬੀਸੀ ਇਸ ਤੋਂ ਅੱਗੇ ਜਿਹੜੇ ਆ ਜਾਂਦੇ ਆਈਐਸਐਮ ਜਰਨਲ ਆਈਐਸਐਮ ਜਰਨਲ ਤੁਸੀਂ ਦੇਖ ਸਕਦੇ ਹੋ 117 ਟੋਟਲ ਪੋਸਟਾਂ ਨੇ 148 ਜਿਹੜੇ ਕੈਂਡੀਡੇਟਸ ਬੁਲਾਏ ਹੋਏ ਆ 31 ਕੈਂਡੀਡੇਟਸ ਆਲਰੇਡੀ ਜ਼ਿਆਦਾ ਬੁਲਾਏ ਹੋਏ ਆ ਤਾਂ ਅਗਰ ਕੋਈ ਇਸ ਕੈਟੇਗਰੀ ਦੇ ਵਿੱਚ ਐਡ ਹੋਇਆ ਹੋਏਗਾ ਤੇ ਉਹ ਸੋ ਬਾਹਰ ਨਿਕਲਦਾ ਕਿ ਇਸ ਦੇ ਵਿੱਚੋਂ ਤਾਂ ਉਹ ਬਾਹਰ ਨਿਕਲਦਾ ਤਾਂ ਇਹਦੀ ਮੈਰਿਟ ਲੀਡੀ ਫਿਰ ਉਹ ਡਾਊਨ ਜਾਏਗੀ ਤੇ ਨੈਕਸਟ ਕੈਂਡੀਡੇਟਸ ਨੂੰ ਫਿਰ ਇਹਦੇ ਵਿੱਚ ਚਾਂਸ ਮਿਲੇਗਾ ਇਸੇ ਤਰ੍ਹਾਂ ਈਡਬਲਯੂਐਸ ਦੇ ਜਿਹੜੇ ਹੈਗੀਆਂ ਕੈਂਡੀਡੇਟਸ ਤੁਸੀਂ ਦੇਖ ਸਕਦੇ ਹੋ ਪੰਜ ਟੋਟਲ ਪੋਸਟਾਂ ਨੇ 10 ਜਿਹੜੇ ਕੈਂਡੀਡੇਟਸ ਬੁਲਾਏ ਗਏ ਤੇ ਇਹਦੇ ਵਿੱਚ ਜਿਹੜੀ ਫਿਰ ਮੈਰਿਜ ਜਿਹੜੀ ਡਾਊਨ ਜਾਂਦੀ ਉਮੀਦ ਹੈਗੀ 146 ਜਿਹੜੇ ਨੰਬਰ ਹੈ ਲਾਸਟ ਕੈਂਡੀਡੇਟਸ ਦੇ ਉਰੇ ਬੁਲਾਏ ਗਏ ਨੇ ਪੰਜ ਹੈਗੇ ਆਂ ਅਗਰ ਆਪਾਂ ਮੰਨ ਲਈਏ ਕਿ WSE ਪੰਜ ਦੇ ਪੰਜ ਕੈਂਡੀਡੇਟਸ ਉਹ ਨੇਗੇ ਜਿਹੜੇ 1317 ਵਾਲੇ ਚੇਂਜ ਕਰਕੇ ਆਏ ਹੋਏ ਆਂ ਤਾਂ ਆਪਾਂ ਵੈਸੇ ਤਾਂ ਹੁੰਦਾ ਨਹੀਂ ਪਰ ਚਲੋ ਆਪਾਂ ਐਗਜ਼ਾਮਪਲ ਦੇ ਥਰੂ ਆਪਾਂ 100% ਹੀ ਲੈ ਲਿਆ ਕਿ ਪੰਜ ਦੇ ਪੰਜ ਜਿਹੜੇ ਆ ਇੱਥੇ ਸਿਲੈਕਟ ਹੋਏ ਹੋਏ ਆ ਉਹ ਵਾਲੇ ਜਿਨ੍ਹਾਂ ਨੇ 13 ਤੋਂ 17 ਦੇ ਵਿੱਚ ਸਿਲੈਕਟ ਆਏ ਸੀਗੇ ਤਾਂ ਅਗਰ ਉਹ ਪੰਜ ਦੇ ਪੰਜ ਬਾਹਰ ਜਾਂਦੇ ਆ ਤਾਂ ਪੰਜ ਆਲਰੇਡੀ ਐਕਸਟਰਾ ਇਹਨਾਂ ਨੇ ਇੱਥੇ ਬੁਲਾਏ ਹੋਏ ਆ ਤੇ ਮੰਨ ਲਓ ਅਗਰ ਉਹ ਪੰਜ ਦੇ ਵਿੱਚ ਵੀ ਕੋਈ ਕੈਂਡੀਡੇਟ ਨਹੀਂ ਸਿਲੈਕਟ ਹੁੰਦਾ ਤਾਂ ਫਿਰ ਜਿਹੜੇ ਨੇ ਨੈਕਸਟ ਕੈਂਡੀਡੇਟਸ ਨੂੰ ਇੱਥੇ ਬੁਲਾਇਆ ਜਾਏਗਾ ਤੇ ਹੋ ਗਈ ਜੀ ਐਸਐਸ ਦੀ ਗੱਲ ਹਾਂਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਹਿੰਦੀ ਦੀ ਹਿੰਦੀ ਦੇ 200 ਪੋਸਟਾਂ ਨੇ ਤੇ 200 ਪੋਸਟਾਂ ਦੇ ਵਿੱਚ ਅਗਰ ਆਪਾਂ ਦੇਖੀਏ ਤੇ ਚੇਂਜ ਕਰਨ ਦੀ ਵੀ ਕੈਟਾਗਰੀ ਕਿਸ ਨੇ ਚੇਂਜ ਕਰੀ ਹੋਵੀ ਤਾਂ ਆਪਾਂ ਇਸ ਐਸਐਮ ਦੀ ਗੱਲ ਕਰ ਲਈਏ ਐਸਸੀ ਐਸਐਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਸਸੀ ਐਸਐਮ ਆਰਐਨਓ ਤਾਂ ਇੱਥੇ ਅਗਰ ਕਿਸੇ ਨੇ ਮੰਨ ਲਓ ਚੇਂਜ ਕੀਤਾ ਹੋਵੇ 12 ਟੋਟਲ ਪੋਸਟਾਂ ਸਿਗੀਆਂ 19 ਕੈਂਡੀਡੇਟਸ ਆਲਰੇਡੀ ਕਾਲ ਕਰ ਰੱਖੇ ਸੱਤ ਆਲਰੇਡੀ ਜ਼ਿਆਦਾ ਕਿਤੇ ਹੋਏ ਐ ਤੇ ਕੈਂਡੀਡੇਟ ਬਟ ਅਗਰ ਇੱਥੇ ਕੋਈ ਇਦਾਂ ਦਾ ਕੈਂਡੀਡੇਟਸ ਜਿਹੜੇ ਬਾਹਰ ਹੁੰਦੇ ਆ ਕਾਂ ਫਿਰ ਇਥੇ ਜਿਹੜੀ ਮੈਰਿਟ ਹੈ ਉਹ ਡਾਊਨ ਜਾਂਦੀ ਉਮੀਦ ਹੈਗੀ ਹੈ 82 ਇਥੇ ਲਾਸਟ ਕੈਂਡੀਡੇਟ ਦੇ ਨੰਬਰ ਸੀ ਕਿੰਨੀ ਡਾਊਨ ਜਾ ਸਕਦੀ ਹੈ ਜਿੱਤੇ ਤੱਕ ਮੈਨੂੰ ਲੱਗਦਾ ਹੈ ਇਹਦੀ 81 ਤੱਕ ਹੀ ਜਿਹੜੀ ਹੈਗੀ ਆ ਉਹ ਡਾਊਨ ਜਾ ਸਕਦੀ ਹੈ ਉਸ ਤੋਂ ਬਾਅਦ ਆਪਾਂ BCESM ਦੀ ਗੱਲ ਕਰ ਲਈ 11 ਟੋਟਲ ਪੋਸਟਾਂ ਸੀ 18 ਕੈਂਡੀਡੇਟਸ ਕੋਲ ਕੀਤੇ ਹੋਏ ਆ 7 ਇੱਥੇ ਵੀ ਜ਼ਿਆਦਾ ਕੋਲ ਕੀਤੇ ਹੋਏ ਆ ਤੇ ਲਾਸਟ ਕੈਂਡੀਡੇਟ ਦੇ ਨੰਬਰ ਜਿਹੜੇ ਸੀਗੇ 39 ਜਿਹੜੇ ਬੁਲਾਏ ਗਏ ਆ 39 ਨੰਬਰ ਤੱਕ ਤਾਂ ਅਗਰ ਇੱਥੇ ESAM ਦੇ ਵਿੱਚੋਂ ਜਿਨ੍ਹਾਂ ਨੇ ਕੈਟਾਗਰੀ ਚੇਂਜ ਕੀਤੀ ਸੀ ਉਹ ਬਾਹਰ ਨਿਕਲਦੇ ਕੈਂਡੀਡੇਟਸ ਤਾਂ ਫਿਰ ਇੱਥੇ ਜਿਹੜੀ ਮੈਰਿਟ ਆ ਉਹ ਡਾਊਨ ਜਾਏਗੀ ਤੇ 38 ਤੱਕ ਜਿਹੜੀ ਹੈਗੀ ਇੱਥੇ ਮੈਰਿਟ ਡਾਊਨ ਜਾਂਦੀ ਪੂਰੀ-ਪੂਰੀ ਉਮੀਦ ਹੈ 38 ਤੱਕ ਜਿਹੜੀ ਹੈਗੀ ਇਥੇ ਮੈਰਿਟ ਅਰੇ ਡਾਊਨ ਜਾਣ ਦੀ ਉਮੀਦ ਹੈਗੀ ਆ ਇਸ ਤੋਂ ਬਾਅਦ ਤੁਸੀਂ ایਡਬਲਯੂਐਸ ਦਾ ਦੇਖ ਸਕਦੇ ਹੋ ਟੋਟਲ ਪੋਸਟਾਂ ਇਥੇ ਚਾਰ ਨੇ ਸੈਵਨ ਕੈਂਡੀਡੇਟਸ ਕਾਲ ਕੀਤੇ ਗਏ ਸੀਗੇ ਤਿੰਨ ਆਲਰੇਡੀ ਜ਼ਿਆਦਾ ਕਾਲ ਕੀਤੇ ਹੋਏ ਆ ਤਾਂ ایਡਬਲਯੂਐਸ ਦੇ ਵਿੱਚ ਅਗਰ ਜਿਨ੍ਹਾਂ ਨੇ 13 ਤੋਂ 17 ਦੇ ਵਿੱਚ ایਡਬਲਯੂਐਸ ਦੇ ਵਿੱਚ ਚੇਂਜ ਕੀਤਾ ਹੋਵੇ ਤਾਂ ਉਹ ਅਗਰ ਇਸ ਲਿਸਟ ਦੇ ਵਿੱਚੋਂ ਬਾਹਰ ਨਿਕਲਦੇ ਨਹੀਂ ਤਾਂ ਇਹਦੇ ਵਿੱਚ ਜਿਹੜੀ ਮੈਰਿਟ ਆ ਫਿਰ ਉਹ ਡਾਊਨ ਜਾਏਗੀ 127 ਜਿਹੜੀਆਂ ਲਾਸਟ ਇਥੇ ਗਈ ਹੋਈ ਹੈ ਮੈਰਿਟ ਤੇ ਅਗਰ ਆਪਾਂ ایਡਬਲਯੂਐਸ ਦੇ ਵਿੱਚ ਦੇਖੀਏ ਵੀ ਇਹਦੀ ਮੈਰਿਟ ਇਹ ਡਾਊਨ ਜਾਏਗੀ ਫਿਰ ਲਾਸਟ ਦਾ ਡਾਊਨ ਜਾ ਕੇ ਕਿੱਥੇ ਤੱਕ ਡਾਊਨ ਜਾ ਸਕਦੀ ਹੈ 126 ਹੱਦ ਮੈਨੂੰ ਲੱਗਦਾ 126 ਤੋਂ نیچے ਜਿਹੜੀ ਇਹਦੀ ਮੈਰਿਟ ਹੈ ਡਾਊਨ ਜਾਂਦੀ ਨਜ਼ਰ ਨਹੀਂ ਆਉਂਦੀ ਕਿਉਂਕਿ ਪੋਸਟਾਂ ਵੀ ਕਾਫੀ ਘਟ ਨਗੀਆਂ ਤੇ 126 ਤੱਕ ਹੀ ਜੀ ਜਿਹੜੀ ਮੈਰਿਟ ਹੈ ਜਾ ਸਕਦੀ ਹੈ ਡਾਊਨ ਅਗਰ ਡਾਊਨ ਗਈ ਅਗਰ ਕੋਈ ਕੈਂਡੀਡੇਟ ਇਥੋਂ ਬਾਹਰ ਨਿਕਲਦਾ ਜਾਂ ਤਿੰਨ ਜਿਹੜੇ ਨਵੇਂ ਐਕਸਟਰਾ ਬੁਲਾਏ ਹੋਏ ਨੇਗੇ ਉਹਨਾਂ ਦੇ ਵਿੱਚੋਂ ਸਿਲੈਕਟ ਨਹੀਂ ਹੁੰਦੇ ਤਾਂ ਫਿਰ ਮੈਰਿਟ ਜਿਹੜੀ ਇੱਥੇ ਡਾਊਨ ਜਾਏਗੀ ਮਤਲਬ ਨੈਕਸਟ ਕੈਂਡੀਡੇਟਸ ਜਿਹੜੇ ਆ ਬੁਲਾਏ ਜਾ ਸਕਦੇ ਆ ਨੈਕਸਟ ਕੈਂਡੀਡੇਟ ਦੇ ਅਗਰ ਮਾਰਕਸ 127 ਹੀ ਹਨ ਤਾਂ ਫਿਰ 127 ਹੀ ਰਹਿਣਗੇ ਲੇਕਿਨ ਅਗਰ ਨੈਕਸਟ ਕੈਂਡੀਡੇਟ ਜਿਹਦੇ ਮਾਰਕਸ ਹਨ 126 ਹੈਗੇ ਤਾਂ ਫਿਰ 126 ਵਾਲੇ ਕੈਂਡੀਡੇਟ ਨੂੰ ਬੁਲਾਇਆ ਜਾਏਗਾ ਇਹ ਹੋ ਗਈ ਜੀ ਹਿੰਦੀ ਦੀ ਗੱਲ ਤੇ ਇਸੀ ਜਿਹੜੀ ਇਨਫੋਰਮੇਸ਼ਨ ਕਿ ਨਵਾਂ ਨੋਟਿਸ ਜਿਹੜਾ ਹੈ ਉਹਦੇ ਕਰਕੇ ਜਿਹੜੀ ਮੈਰਿਟ ਤੇ ਕੀ ਇਫੈਕਟ ਪਏਗਾ ਕਿਹੜੀ categories ਦੀ ਮੈਰਿਟ ਡਾਊਨ ਜਾਏਗੀ ਔਰ ਕਿੰਨੀ ਡਾਊਨ ਜਾਏਗੀ ਜਿਹੜੀ ਆਪਾਂ ਗੱਲ ਕਰ ਲਈਓ ਹੋਰ ਰੀਜਨਸ ਹੋ ਸਕਦੇ ਨੇ ਮੈਰਿਟ ਡਾਊਨ ਜਾਂਦੇ ਉਹ ਰੀਜਨਸ ਤਾਂ ਹੈਗੇ ਹੀ ਨੇ ਫਿਲਹਾਲ ਆਪਾਂ ਉਹਨਾਂ ਰੀਜਨਸ ਦੇ ਇੱਥੇ ਗੱਲ ਨਹੀਂ ਕੀਤੀ ਆਪਾਂ ਜਿਹੜੇ ਗੱਲ ਕੀਤੀ ਆ ਡਾਊਨ ਜਾਂਦੀ ਉਹ ਸਿਰਫ ਉਸ ਉਸ ਜਿਹੜਾ ਨਵਾਂ ਨੋਟਿਸ ਆਇਆ ਉਹਦੇ ਕਰਕੇ ਜਿਹੜਾ ਹੈਗਾ ਡਾਊਨ ਜਾਂਦੀ ਉਮੀਦ ਆ ਉਹਦੀ ਆਪਾਂ ਇੱਥੇ ਗੱਲ ਕੀਤੀ ਆ ਤਾਂ ਤੁਹਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਜਿਹੜੀ ਯੂਸਫੁਲ ਰਹੀ ਹੋਏਗੀ ਇਸ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਤੱਕ ਇਹ 유ਸਫੁਲ ਇਨਫੋਰਮੇਸ਼ਨ ਪਹੁੰਚ ਸਕੇ ਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਜਿਸ ਨਾਲ ਤੁਹਾਨੂੰ ਆਉਣ ਵਾਲੇ ਸਾਰੇ ਲੇਟੈਸਟ ਵੀਡੀਓ ਦੀ ਅਪਡੇਟ ਸਭ ਤੋਂ ਪਹਿਲਾਂ ਮਿਲੇਗੀ ਹੁਣ ਤੁਸੀਂ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਥੈਂਕ ਯੂ